ਵਾਹਿਗੁਰੂ ਸਾਹਿਬ ਜੀਓ। ਸਲੋਕ ਨਿਰਗੁਣ ਯਾਰ ਇਆਨਿਆ, ਸੋ ਪ੍ਰਭ ਸਦਾ ਸੰਭਾਲ। ਨਿਰਗੁਣ ਯਾਰ ਇਆਨਿਆ, ਸੋ ਪ੍ਰਭ ਸਦਾ ਸੰਭਾਲ। ਜਿਨ ਕੀਆ ਤਿਸ ਕੀਤ ਰੱਖ, ਨਾਨਕ ਨਿਭੀ ਨਾਲ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮਹਿ ਜਿਨਹੈ ਉਬਾਰਿਆ। ਬਾਰ ਵਿਵਸਥਾ ਤੁਝੈ ਪਿਆਰੈ ਦੂਧ, ਪਰ ਜੋਵਨ ਭੋਜਨ ਸੁਖ ਸੂਧ। ਬਿਰਧ ਭਇਆ ਉਪਰ ਸਾਕ ਸੈਨ, ਮੁਖ ਅਪਿਆਉ ਬੈਠ ਕਉ ਦੈਨ। ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ ਲਿਓ ਤਉ ਨਾਨਕ ਸੀਜੈ। ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ ਲਿਓ ਤਉ ਨਾਨਕ ਸੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਨਿਰਗੁਣ ਯਾਰ ਇਆਨਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਅੰਤਰਜਾਮੀ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ, ਪੰਜਵੇਂ ਸਰੂਪ ਵਿੱਚ ਪਰਉਪਕਾਰ ਕਰਨ ਵਾਸਤੇ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਪ ਸੰਸਾਰ ਨੂੰ ਪਾਰ ਉਤਾਰਨ ਵਾਸਤੇ ਨਾਮ ਦਾ ਜਹਾਜ਼ ਤਿਆਰ ਕੀਤਾ ਹੈ, ਆਪ ਜੀ ਨੇ ਇੱਕੋ ਹੀ ਬਾਣੀ ਅੰਮ੍ਰਿਤ ਰੂਪ ਸ੍ਰੀ ਸੁਖਮਨੀ ਸਾਹਿਬ ਰਚੀ ਹੈ, ਜੋ ਜੀਆਂ ਦੇ ਅੱਠ ਪਹਿਰ ਦੇ ਸਵਾਸਾਂ ਦੀ ਸਫਲਤਾ ਕਰਨ ਵਾਲੀ ਹੈ। ਪਹਿਲੇ ਸੱਚੇ ਪਾਤਸ਼ਾਹ ਜੀ ਨੇ ਆਰੰਭ ਵਿੱਚ ਸਤਿਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸਤਿਗੁਰੂ ਅਮਰਦਾਸ ਸਾਹਿਬ, ਸਤਿਗੁਰੂ ਰਾਮਦਾਸ ਸਾਹਿਬ ਚੌਹਾਂ ਸਤਿਗੁਰਾਂ ਦਾ ਮੰਗਲ ਕੀਤਾ ਹੈ। ਫਿਰ ਸਿਮਰਨ ਦੀ ਆਗਿਆ ਕੀਤੀ ਹੈ ਕਿ ਸਿਮਰਨ ਕਰੋ ਉਸ ਪਰਮੇਸ਼ਵਰ ਦਾ। ਫਿਰ ਸਿਮਰਨ ਅਭਿਆਸ ਦੱਸਿਆ ਕਿ ਵਾਰ ਵਾਰ ਚਿੰਤਨ ਕਰਨ ਦਾ ਨਾਮ ਸਿਮਰਨ ਹੈ। ਅਤੇ ਫਿਰ ਫਲ ਦੱਸਿਆ ਕਿ ਸੁੱਖ ਪਾਵੋ, ਸੁੱਖ ਦੇ ਤਾਂ ਹੀ ਪਾਉਣਾ ਕਰੋਗੇ। ਇਹ ਪਹਿਲੀ ਪੌੜੀ ਚ ਸਿਮਰਨ ਦੀ ਆਗਿਆ ਤੇ ਸਿਮਰਨ ਦਾ ਤਰੀਕਾ ਤੇ ਸਿਮਰਨ ਦਾ ਫਲ, ਇਹ ਪਹਿਲੀ ਪੌੜੀ ਚ ਸਤਿਗੁਰੂ ਜੀ ਨੂੰ ਚਾਹ ਰਿਹਾ ਹੈ। ਫਿਰ ਸੁਖਮਨੀ ਸਾਹਿਬ ਅੰਮ੍ਰਿਤ ਰੂਪ ਨਾਮ ਦੱਸ ਕੇ ਭਗਤਾਂ ਜਿਨ੍ਹਾਂ ਦੇ ਮਨ ਚ ਵੱਸਦਾ ਹੈ, ਸੱਤਾਂ ਪੌੜੀਆਂ ਚ ਸਿਮਰਨ ਦੀ ਮਹੱਤਤਾ ਕਹੀ ਹੈ ਕਿ ਸਿਮਰਨ ਕਰਕੇ ਸਭ ਕੁਝ ਪ੍ਰਾਪਤ ਹੋ ਸਕਦਾ ਹੈ। ਅਤੇ ਜਿਨ੍ਹਾਂ ਤੇ ਕਿਰਪਾ ਕਰਕੇ ਆਪ ਸਮਝਾਇਆ, ਉਹਨਾਂ ਨੂੰ ਪਰਮੇਸ਼ੁਰ ਦਾ ਸਿਮਰਨ ਪਾਇਆ ਹੈ। ਦੂਜੇ ਸਲੋਕ ਵਿੱਚ ਜਿੱਥੇ ਬੰਦੇ ਦਾ ਕੋਈ ਵੀ ਸਹਾਇਕ ਨਹੀਂ, ਉੱਥੇ ਪਰਮੇਸ਼ੁਰ ਦਾ ਨਾਮ ਜਪਿਆ ਹੋਇਆ ਸਹਾਇਤਾ ਕਰਨ ਵਾਲਾ ਹੈ। ਪਰਮੇਸ਼ੁਰ ਦੇ ਅੰਮ੍ਰਿਤ ਨਾਮ ਦਾ ਜਾਪ ਕਰਨਾ ਹੀ ਜਿੱਥੇ ਜਮਾਂ ਦਾ ਦਲ ਹੈ ਭਿਆਨਕ, ਉੱਥੇ ਵੀ ਪਰਮੇਸ਼ੁਰ ਦਾ ਨਾਮ ਨਾਲ ਚੱਲੇਗਾ। ਜਿੱਥੇ ਦੇਹ ਤੰਗ ਕਰੇਗੀ, ਉੱਥੇ ਵੀ ਪਰਮੇਸ਼ੁਰ ਦੇ ਨਾਮ ਦੀ ਵਰਖਾ ਹੋਵੇਗੀ। ਇਸ ਪ੍ਰਕਾਰ ਜਿੱਥੇ ਜਿਸ ਰਸਤੇ ਦੇ ਕੋਹਾਂ ਨਹੀਂ ਗਿਣੀਆਂ ਜਾਂਦੀਆਂ, ਉੱਥੇ ਦਾ ਖਰਚ ਪੱਲੇ ਤੋਸਾ ਪਰਮੇਸ਼ੁਰ ਦਾ ਨਾਮ ਹੀ ਹੋਵੇਗਾ। ਐਸਾ ਪਰਮੇਸ਼ੁਰ ਦਾ ਨਾਮ ਜਿਸ ਪਰਮੇਸ਼ੁਰ ਦਾ ਨਾਮ ਕਾਮ ਧੇਨ ਨਾਲੋਂ ਵੀ ਵੱਡਾ ਹੈ ਅਤੇ ਕਲਪਤਰ ਵਿਸ਼ਨਾ ਵੀ ਵੱਡਾ ਹੈ। ਜੋ ਜੋ ਪ੍ਰਾਣੀ ਨਾਮ ਦੇ ਵਿੱਚ ਜੋੜਦੇ ਹੈ, ਉਹਨਾਂ ਦੇ ਤਾਂ ਹੀ ਸਾਧ ਸੰਗਤ ਜੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਪਰਮੇਸ਼ੁਰ ਦਾ ਨਾਮ ਸਾਰਿਆਂ ਨਾਲੋਂ ਉੱਤਮ ਹੈ। ਹਰੀ ਦੇ ਜਿਨ੍ਹਾਂ ਨੇ ਖਜ਼ਾਨਾ ਸਮਝਿਆ ਹੈ ਅਤੇ ਨਾਮ ਧੰਨ ਵਾਲਾ ਸਾਨੂੰ ਆਪਦੇ ਪਿਆਰਿਆਂ ਨੂੰ ਬਖਸ਼ਿਆ ਹੈ। ਮਹਾਰਾਜ ਦੇ ਪਿਆਰੇ ਜਿਹੜੇ ਹਨ, ਇੱਕ ਦਾ ਸਮਾਧੀ ਲਾਈ ਰੱਖਦੇ, ਨਾਮ ਦੇ ਰਸ਼ਟ ਮਸਤ ਹੋਏ, ਅੱਠੇ ਪੈਰ ਪਰਮੇਸ਼ੁਰ ਦਾ ਜਾਪ ਕਰਦੇ ਹੈ। ਮਹਾਰਾਜ ਦੇ ਭਗਤ ਕਦੇ ਲੁਕਦੇ ਛਿਪਦੇ ਨਹੀਂ ਹਨ, ਪਰਮੇਸ਼ੁਰ ਦੀ ਭਗਤੀ ਨੂੰ ਬੇਅੰਤ ਮੁਕਤ ਕਰਤੇ, ਜਿਨ੍ਹਾਂ ਦੀ ਸੰਗਤ ਕਰਕੇ ਬੇਅੰਤ ਦੁਨੀਆਂ ਤੋਂ ਲੋਕ ਤਰ ਗਏ।
कल्पतर विश्वी महाराज का नाम नहीं है। काम धेन भी परमेश्वर के गुण गाउण वाली संगत ही है। सारे ना उत्तम परमेश्वर की कथा है, जो नाम सुनने दिया पीड़ा तो दुख आदि सब लै जाते हैं। ये नाम की महत्ता पूरी संत के हिरदे च वसदी है। उन्हें संतां के प्रताप करके पाप सारे नाश हो जाते हैं। संतां का संगत वड्डियां भागां ना पाईदा, संतां की सेवा करके परमेश्वर का नाम ध्याईदा। नाम के बराबर कोई चीज नहीं है। कोई कोई गुरमुख है जेडे नाम पाते हैं। यह दूजी अष्टपदी च हजूर उच्चारण किया है। तीजी अष्टपदी च हजूर फरमाते हैं कि बहुत सारे शास्त्र बहुतियां सिमरतियां वेद आदि सारे खोज खोज के वेखे है। महाराज के नाम के बराबर कोई नहीं पुज सकती चीज। परमेश्वर का नाम अमोलक है। कोई बाणी करके देवता का जाप कर लवे, सीर करके तप कर लवे, सांख्यां का ज्ञान सीख लवे, पतंजलियां का ध्यान सीख लवे, शेष शास्त्रां का व्याख्यान कर लवे, सिमतियां का व्याख्यान कर लवे, योगा अभ्यास कर लवे, कर्म धर्म कर लवे, सारे त्याग सब नूं त्याग के बाणप्रस्थी बन के बणां च फिरदा रहे, अनेक प्रकार के यतन कर लवे, पुनदान कर लवे, हवन कर लवे, घ्यो आदि रतना नूं शरीर कटा के हवन कर लवे, रत्ती रत्ती करके वर्त नेम बेनत कर लवे। महाराज के नाम के बराबर विचारो कोई चीज नहीं। जे गुरमुख बन के परमेश्वर का एक बार भी नाम जप लीए, सो ऐसा परमेश्वर का नाम है, नवा खंडा च फिर आवे, सारा चिर जीवी हो जाए, बड़ा उदा उपराम हो जाए, तपिया बन जाए, अग दे विच आपदे प्राणां नूं हवन कर देवे, सोने दे घोड़े बना के दान कर देवे, दरियाई घोड़िया का दान कर लेवे, धरती का दान कर देवे, न्यूली कर्म कर लेवे, बाले आसन ला लेवे, जैनिया के मार्ग संग फटे ते ही पै रवे, साधन बेअंत कर लवे, रत्ती रत्ती करके शरीर कटावे, ता भी होमे की मैल नहीं मिटदी। परमेश्वर के नाम बराबर कोई नहीं होमे दे मेट नाम मिटन वाला होमे नूं। इस करके गुरमुख जिहड़े जपदे उह नाम नूं मुक्ति पाउंदे आ। मन दीआं कामनां रख के तीस ते जे दे छुट जू हंकार नहीं मिटना। शरीर की पवित्रता किन्नी करी जाए मन की मैल नहीं तन दे धोने करके जाएगी। ये देह नाल बाहरे साधन कर लो, मन चो कदे विषयां दी मैल नहीं टलदी। अनेक जलां नूं धोंदा रहे नित शुद्ध कच्ची कंध वांगू किवें होवेगी देह। परमेश्वर दे नाम दी महिमा उठी है। इस करके गुरमुख जिहड़े नाम जप के बहुत ही बहुत उधर गए संसार तों। किसी प्रकार भी तृष्णा नहीं निवृत्त होंगी, भेखां करके भी तृष्णा की अग नहीं बुझदी, करोड़ां जतन करके दरगाह च मुक्त नहीं होईदा। कोई धरती चढ़ जाए आकाश च रहे, पताल च चढ़ धरती से आकाश च चढ़ जाए, पताल च गुहा बना लवे, माया का मोह नहीं मिटदा, माया के जाल पे रेंदे हनगे। होर सारिया कुरतां जमी दंड दिंदा है। परमेश्वर के भजन में तिल जिन्ना भी किसी नूं दी मनौत नहीं होनी। परमेश्वर का नाम जल के दुख जाने है। सुते सिद्ध भी जरा नाम उचारे, चार पदार्थों की जिन्हों भुख हो सब संग चो मिलते हैं। जे कोई दुख मिटे वह भी परमेश्वर के नाम करके मिटदे है। जे कोई शोभा लोरे संघ च होमे छे होंगी है, जमन मरण तो डरे तो साध संगत की शरण पवे तो वह जमन मरण मिटदा है। जिन्होंने महाराज दर्शन की प्यास है उन्होंने तो बलिहार जाने। सारे पुरखों चो पुरख प्रधान है जिन्हों का संघ च मिटके हंकार मिलके मिट जाए। सारे जिहड़ा अपने आप नीवा छोटा समझदा सारे तो उच्चा जानीदा है। जिहदा मन सारे की धूड़ बन जाता उन परमेश्वर के नाम जप के घटा घटा जो उस जानिया है। जिन्होंने मन चो बुरा मिटाता है वह सारी सिखी में सज्जन रूप करके वेखते हैं। सुख दुख में इको जी बिरती जिन्होंने वह पाप पुन तो निर्लेप हैं। निर्धना मारा तेरा नाम ही थान है, नखावियां मारा तेरा नाम ही थां है, नवाणियां मारा तुसी मान देने वाले हो, सारे कटन दान देने वाले हो। इस प्रकार महाराज साहब जी ने सारे धर्मां चो श्रेष्ठ धर्म, सारे कर्मां चो निर्मल कर्म, सारिया किरिया चो उत्तम किरिया, साध संग जी की खोटी मत मैल हट जाए, खोटी मत की मैल मिट जाए, वह सारे तो उत्तम पुरख है। सारे उद्यमां चो उद्यम यह है जिहड़ा परमेश्वर का नाम हर वक्त जपना है। सारिया बाणिया चो अमृत रूप बाणी यह जिहड़ा परमेश्वर का जस सुनना या रसना करके कसन करना। सारिया थावां चो उत्तम थावां जिथे परमेश्वर का नाम हृदय च बस। यह सब संगी तिना अष्टपदियां जी गुरु साहब जी ने उच्चारण किया सूखम रूप करके नमूना अस्ताली पलाक न्यायनमय बचन किए है। जिमें बलटोही के दो चार चौल चाके वेख लीए
जे तो कच्चे हो सारे कच्चे होंगे जे रिजे हो सारे रिजे समझ लीजिए है ऐ बिचो कुछ तुका आपदे पेश कीतियां इं बाणी दे विच सारा सिद्धांत महाराज साहब इस प्रकार कथन करते हैं। इस तीन अष्टपदियां जे कथन किया हुण चौथी अष्टपदी आरंभ करते हैं। इस विच सच्चे पातशाह इं उचारदे है कि हे परमेश्वर सच्चे पातशाह आप कृपा कर ते तेरे वल जुड़ सकदा जीव अते परमेश्वर दे गुण इस जीव दे ताई गुरु साहब सच्चे पातशाह मध्यस्थ हो के नाले तो जीव नूं परमेश्वर दे गुण दसदे है ते नाले इहदी बाबत बख्शाउण बाबत वाहिगुरू बाबत अरदास करदे पास इस तरह की वाहिगुरु दे गुण जीव नूं चेते करा के ते फिर ये निर्गुण आ रहा कुछ नहीं समझदा तुसी कृपा करो इहों गुरु साहब विचाले हो के ना जीव नूं सिक्खा दिंदे ना परमेश्वर तों बख्शाउंदे है। ये अष्टपदी च वाहिगुरु दे गुण उचारण करके जीव नूं चेते कराउंदे हन। सलोक निर्गुण यार आने जीव हे निर्गुण यार सत संतोख दया धर्म विचार आदिक गुणा तो निर्गुण यार हे गुणा तो रहत हे आणिया हे अज्ञानिया बचे जी ने आए जान सो प्रभ सदा समाल सदा रक्षा करने वाला प्रभु है उन सदा चेते करिया कर जिन किया तिस कीत राखो वाहिगुरु तेनु पैदा किया मनुखा दे बख्शी है 84 लख जून तो उत्तम ए देनु देवते भी पै दसदे के सानू मनुखा जन्म मिले असीं मुक्त हो जाइए तेनु मनुखा दे मिली है उसनु चेते रख ये तेरे नाल निवेगा परलोक तक साथ जावेगा जे तू चेते रखेगा परमेश्वर नानक निवही नाल कहिंदे तेरे नाल निवेगा भजन कीता होया सिर तोड़ तेरी रक्षा करेगा। अष्टपदी रमैया के गुण चेत परानी हे प्राणा धारी जीव ते प्राणी तां क्या जे प्राण वगदे ते इहदे कोले धन है तां इहदे संबंधी है तां इहदे जायदाद है तां इहदा प्रताप है जे प्राण ना होण तां मुरदे दा कोई चीज नहीं हुंदी इस करके प्राणी शब्द नाल गुरु साहब चेते करदे हन। रमैया के गुण चेत परानी प्राणा धारी जीव रमैया जो रमिया होया परमेश्वर है सारिया थां च व्यापक है ओदे गुण उपकारा नूं चेते कर हे प्राणा धारी जीव कवन मूल ते कवन दृष्टानी तेरा की बुद्ध सी रक्त ते बिंद सी जिसनु कोई छूना नहीं चाहता हथ नहीं लाना चाहता उस तो तेरा कहा जा नर रैनी दे सुंदर दे तेरी देखण च आ गई बड़ी सुंदर स्वरूप तेरा बनाता सच्चे पातशाह ने जिन तू साज सवार सिंगारिया लगत पिता दी बिंद करके तेरा मुढ सी मूल सी उस तो तेरा कहा जा सोहना शरीर मारन बना के दिखाता देखण च आ गया जिन तू साज सवार सिंगारिया तेनु साजिया है तेरे सूहू शरीर नु साजिया है अते फिर तेरे सथूल शरीर नु साजिया है अते फिर तेरे अंगा नु सवारिया है हाथ पैर नसा मुंह आदिक ते शिंगारिया अखां दे अगे पलकां ना लाईयां हुंदियां ते तेरे अखां च मक्खियां नहीं खा जाना सी तेनु ते जे तेरे चमड़ी ना उत्ते आई हुंदी तेनु जानवरां नहीं खा जाना सी इउं तेरे अंगा पतंगा दे नौ अगे करके अते इसे प्रकार केस रक्षा करन वास्ते मास गलन तो बचाव वास्ते सारे जे नक दी कुमली ना हुंदी किस तरह दा भैड़ा लगदा तू जे करके कन्ना दे छजियां ने हुंदी किन्ना भैड़ा लगना सी जे करके बुल ना हुंदे किन्ना बुरा लगना सी ए शिंगार कीता सच्चे पातशाह ने जिस वाहिगुरु तेरे शरीर नु सहार करके ते फिर शिंगारे अंगा प्रतंगा करके जिन्हां दे रोम नहीं आउंदे गंजे चंगे नहीं आउंदे सिर ढकदे फिरदे रहिंदे आ सो जिन्हां दाढ़ी नहीं आउंदी उहनूं खोदे कहिंदे आ लोक इस प्रकार तेनां नूं अंग प्रतंग दे के पहला अंग दे के सवारिया फिर तेरे अंगा दे परत अंग अगे होर जिहड़े अंग होए उहनां करके तेनूं शिंगारना कीता है जिन्हां दे बुल नूं खंडे ही लोक कहिंदे हन। गर्भ अग्न मह जिन्हें उवारिया जिस वाहिगुरु तेनूं माता दे गर्भ दी अग विच जिथे रोड माता दे कच्चे खाधे हाई हो जांदे है उथे तेनूं फुलना नर्म शरीर नूं सवा उवार बचाउणा कीता
ਅਗਰਾ ਸੇਕ ਨੀ ਤੈਨੂੰ ਲੱਗਾ ਮਹਾਰਾਜ ਦੇ ਸਿਮਰਨ ਕਰਕੇ। ਬਾਰ ਵਿਵਸਥਾ ਤੁਝ ਹੈ ਪਿਆਰਾ ਦੂਰ। ਜਦ ਤੂੰ ਜਨਮ ਧਾਰ ਲਿਆ ਬਾਲਕ ਅਵਸਥਾ ਚ, ਤੈਨੂੰ ਜਨਮ ਦੇਣ ਸੱਚੇ ਪਾਤਸ਼ਾਹ ਦੁੱਧ ਦਿੱਤਾ ਮਾਤਾ ਦੇ ਅਸਣਾ ਵਿੱਚੋਂ, ਤੈਨੂੰ ਦੁੱਧ ਪਿਆਉਣਾ ਕੀਤਾ ਹੈ। ਪਰ ਜੋਵਨ ਭੋਜਨ ਸੁਖ ਸੂਰ, ਜਵਾਨੀ ਭਰ ਗਈ ਉਦੋਂ ਤੈਨੂੰ ਭੋਜਨ ਦੀ ਸੁਖ ਆਦਕਾਂ ਦੇ ਲੈਣ ਦੀ ਸੁੱਧ ਹੋ ਗਈ, ਗਿਆਤ ਹੋ ਗਈ, ਸਾਰੀ ਗਿਆਤ ਦਾ ਮਾਲਕ ਬਣਾ ਤਾ ਤੈਨੂੰ। ਬਿਰਧ ਭਇਆ ਉਪਰ ਸਾਕ ਸੈਨ, ਤੇਰਾ ਸਰੀਰ ਪੁਰਾਣਾ ਹੋ ਗਿਆ, ਬਿਰਧ ਹੋ ਗਿਆ, ਉਸ ਵੇਲੇ ਤੇਰੀ ਰੱਖਿਆ ਕਰਨ ਵਾਸਤੇ ਸਾਕ, ਤੇਰੇ ਸਾਕ ਨਾਤੇ ਸੈਨ ਸਾਥੀ ਬਣਾ ਤੇ ਤੇਰੀ ਸੇਵਾ ਕਰਨ ਵਾਸਤੇ। ਮੁਖ ਅਪਿਆਓ ਬੈਠ ਕਉ ਦੈਨ, ਬੈਠੇ ਦੇ ਤਾਈ ਤੇਰੇ ਮੂੰਹ ਵਿੱਚ ਅਪਿਆ ਅੰਮ੍ਰਿਤ ਵਰਗੇ ਭੋਜਨ ਪਾਉਂਦੇ ਹਨ, ਤੇਰੀ ਸੇਵਾ ਕਰਦੇ ਹਨ। ਇਹ ਕਿਸੇ ਕਿਸੇ ਦੇ ਲਾਇਕ ਸੰਬੰਧੀ ਹੁੰਦੇ ਹੈ, ਪਰ ਵਾਹਿਗੁਰੂ ਵੱਲੋਂ ਤਾਂ ਬਖਸ਼ਿਸ਼ ਹੈ ਸਾਰੀ ਸੇਵਾ ਵਾਸਤੇ। ਇਹੋ ਨਿਰਗੁਣ ਗੁਣ ਕਸ਼ੂ ਨਾ ਬੂਝੈ, ਨਿਰਗੁਣ ਗੁਣ ਕਸ਼ੂ ਨਾ ਬੂਝੈ। ਹੁਣ ਇਹਨਾਂ ਕਿ ਵਾਹਿਗੁਰੂ ਦੇ ਉਪਕਾਰ ਇਸ ਜੀਵ ਨੂੰ ਦੱਸ ਕੇ ਹੁਣ ਪਰਮੇਸ਼ੁਰ ਦੇ ਸਨਮੁਖ ਮਾਰਾ ਨਿਗਾਹ ਕਰਕੇ ਕਹਿੰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ, ਇਹ ਜੀਵ ਇੰਨੇ ਤੇਰੇ ਗੁਣਾਂ ਦਿੱਤੇ ਹਨ ਤੋਂ ਵੀ ਨਿਰਗੁਣ ਹੈ, ਤੇਰੀ ਪ੍ਰਾਪਤੀ ਵਾਲੇ ਗੁਣੇ ਵਿੱਚ ਸਤਸੰਗ ਤੋਂ ਕੋਈ ਨਹੀਂ ਆਏ, ਗੁਣ ਆਪਦੇ ਉਪਕਾਰ ਨੂੰ ਕੁਝ ਵੀ ਨਹੀਂ ਇਹ ਬੁਝਦਾ ਸਮਝਦਾ ਹੈ। ਬਖਸ਼ ਲੇਹੋ ਤਾਉ ਨਾਨਕ ਸੀਜੈ, ਸੱਚੇ ਪਾਤਸ਼ਾਹ ਇਸ ਪਾਣੀ ਤੋਂ ਤੈਂ ਘੜਿਆ ਇਹ ਸਰੀਰ, ਕਿਰਪਾ ਕਰਕੇ ਬਖਸ਼ ਲੋ, ਤਾਂ ਸੱਚੇ ਪਾਤਸ਼ਾਹ ਸੀਜੈ ਸਮਝੇਗਾ, ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੁਕਤ ਹੋਵੇਗਾ ਜੀ। ਜਿਹ ਪ੍ਰਸਾਦ ਧਰ ਉਪਰ ਸੁਖ ਵਸੈ, ਤੁਕਾਂ ਚ ਵਾਹਿਗੁਰੂ ਦੇ ਸਨਮੁਖ ਕਿਹਾ ਕਰਨਗੇ, ਅਤੇ ਪਹਿਲਾਂ ਅੱਠਾਂ ਤੁਕਾਂ ਦੇ ਚ ਸੱਚੇ ਪਾਤਸ਼ਾਹ ਜੀ ਇਹ ਜੀਵ ਨੂੰ ਸਿੱਖਿਆ ਦਿਆ ਕਰਨਗੇ। ਫੇਰ ਫਰਮਾਉਂਦੇ ਹਨ, ਜਿਹ ਪ੍ਰਸਾਦ ਧਰ ਉਪਰ ਸੁਖ ਵਸੈ, ਵਾਹਿਗੁਰੂ ਦੀ ਕਿਰਪਾ ਕਰਕੇ ਭਾਈ ਧਰਤੀ ਦੇ ਉੱਤੇ ਸੁਖ ਨਾਲ ਵਸਦਾ, ਜਿਨ੍ਹਾਂ ਕੋਲੇ ਧਰਤੀ ਨੀ ਕੀ ਹਾਲ ਹੈ ਉਹਨਾਂ ਦਾ, ਬਲੈਟ ਵਿੱਚ ਸਤੀਰੀਆਂ ਦੇ ਉੱਤੇ ਉਹਨਾਂ ਦੇ ਪਾਏ ਹੋਏ ਥੋੜੇ ਜਿਹੇ ਵਿੱਚ ਖੇਤੀਆਂ ਬਣਾਈਆਂ ਹੋਈਆਂ, ਜੇ ਕੋਈ ਦੂਆ ਕਿਸ਼ਤੀ ਲੈ ਗਏ ਕਹਿੰਦੇ ਮੇਰੀ ਖੇਤੀ ਲੈ ਗਿਆ, ਇਹੀ ਜੀ ਹਾਲਤ ਹੈ ਜਿੱਥੇ ਧਰਤੀ ਹੈ ਨੀ ਇਹਨਾਂ ਦੇ ਪਾਸ, ਜਿਸ ਵਾਹਿਗੁਰੂ ਦੀ ਕਿਰਪਾ ਨੂੰ ਧਰਤੀ ਦੇ ਸੁੱਖ ਦੇ ਨਾਲ ਵਸਦਾ ਹੈ। ਸੁੱਤ ਭਰਾਤ ਮੀਤ ਬਣ ਕੇ ਧਰਤੀ ਤੋਂ ਬਗੈਰ ਹੋ ਕੇ ਜਿਹੜੇ ਫਿਰਦੇ ਵੇਖੋ ਉਹਨਾਂ ਦੀ ਕੀ ਹਾਲਤ ਹੈ, ਇਹ ਵਾਹਿਗੁਰੂ ਦੀ ਕਿਰਪਾ ਸਮਝ, ਧਰਤੀ ਦੇ ਸੁੱਖ ਦੇ ਨਾਲ ਤੂੰ ਵਸਦਾ ਹੈ। ਸੁੱਤ ਭਰਾਤ ਮੀਤ ਬਣਤਾ ਸੰਗ ਹੱਸ ਹੈ, ਕਿਰਪਾ ਕਰਕੇ ਤੇਰੇ ਪੁੱਤਰ ਹਨਗੇ, ਭਰਾ ਹਨਗੇ, ਮਿੱਤਰ ਸੱਜਣ ਹਨਗੇ, ਆਪਣੀ ਸੁਪਤਨੀ ਹੈ ਉਹਨਾਂ ਦੇ ਨਾਲ ਮਿਲ ਕੇ ਪ੍ਰਸੰਨ ਹੁੰਦਾ ਹੱਸਦਾ ਹੈ। ਜਿਹ ਪ੍ਰਸਾਦ ਪੀਵੈ ਸੀਤਲ ਜਲਾ, ਦੀ ਕਿਰਪਾ ਨਾਲ ਤੈਨੂੰ ਜਿੱਥੇ ਪਾਣੀ ਨੀ ਮਿਲਦਾ ਉਸ ਥਾਂ ਵਿੱਚ ਬਹੁਤ ਲੋਕ ਦੁਖੀ ਹੁੰਦੇ ਹੈ, ਠੰਡਾ ਪਾਣੀ ਨੀ ਮਿਲਦਾ, ਇਸ ਪ੍ਰਕਾਰ ਜੀ ਦੀ ਕਿਰਪਾ ਨੂੰ ਠੰਡਾ ਜਲ ਪੀਨਾ ਹੈ, ਸ਼ਾਂਤ ਚਿੱਤ ਕਰਦਾ ਹੈ ਆਪਣੇ ਨੂੰ ਗਰਮੀ ਦੇ ਵਿੱਚ। ਸੁਖਦਾਈ ਪਵਨ ਪਾਵਕ ਅਮੁੱਲਾ, ਸੁਖਦਾਇਕ ਪਵਨ ਤੈਨੂੰ ਮਿਲੀ ਹੋਈ ਹੈ ਅਤੇ ਪਾਵਕ ਅਗਨੀ ਮਿਲੀ ਹੋਈ ਹੈ ਅਮੋਲਕ, ਪਵਨ ਜਿਹੜੀ ਹੈ ਮੁੱਲ ਲਿਆਂਦੀ ਹੋਈ ਉਹੀ ਜੀ ਨੀ ਸੁਖਦਾਇਕ ਜਿਹੜੀ ਕੁਦਰਤੀ ਪਵਨ ਹੈ, ਉਹਦੇ ਬਰਾਬਰ ਪੱਖਿਆਂ ਦੀ ਹਵਾ ਬਿਜਲੀ ਦੀ ਹਵਾ ਨਹੀਂ ਕੰਮ ਕਰ ਸਕੇਗੀ, ਜਿਸ ਪਰਮੇਸ਼ੁਰ ਦੀ ਕਿਰਪਾ ਨਾਲ ਸੋਹਣੀ ਪਵਨ ਮਿਲੀ ਹੈ ਤੈਨੂੰ, ਅਗਨੀ ਤੈਨੂੰ ਜਿੱਥੇ ਅਗਨੀ ਨੀ, ਉਹ ਲੋਕ ਗੁਰੂ ਸਾਹਿਬ ਦੇ ਪਾਸੋਂ ਅੱਗ ਲਈ ਸੀ ਲੋਕਾਂ ਨੇ, ਕਹਿੰਦੇ ਮਹਾਰਾਜ ਸਾਡੇ ਕੋਲੇ ਅੱਗ ਨੀ ਹੈ, ਇਹ ਅਮੋਲ ਕੁਮਾਰਾ ਸਾਹਿਬ ਤੈਨੂੰ ਵਸਤੂਆਂ ਦਿੱਤੀਆਂ ਹਨ। ਜਿਹ ਪ੍ਰਸਾਦ ਭੋਗ ਹੈ ਸਭ ਰਸਾ, ਪਰਮੇਸ਼ੁਰ ਦੀ ਕਿਰਪਾ ਕਰਕੇ ਹੈ ਜੀਵ ਸਾਰਿਆਂ ਰਸਾਂ ਕਸਾਂ ਨੂੰ ਭੋਗਦਾ ਹੈ ਤੂੰ ਰਸਨਾ ਕਰਕੇ, ਸਗਲ ਸਮੱਗਰੀ ਸੰਗ ਸਾਥ ਵਸਾ, ਸਾਰੀ ਤੇਰੇ ਕੋਲੇ ਸਮੱਗਰੀ ਸਮਦਾ ਪਦਾਰਥਾਂ ਦੇ ਵਾਹਿਗੁਰੂ ਦਿੱਤੇ ਹੈ, ਉਹਨਾਂ ਦੇ ਸਰੀਰ ਕਰਕੇ ਸੰਗੀ ਹੋ ਕੇ ਅਤੇ ਉਹ ਪਦਾਰਥ ਤੇਰੇ ਨਾਲ ਵਸਦੇ, ਤੂੰ ਉਹਨਾਂ ਦਾ ਸੰਗੀ ਹੋ ਕੇ ਵਸਦਾ ਹੈ, ਬਸਾ ਬਸਤਰ ਆਦਿਕ ਵੀ ਸਾਰੇ ਤੇਰੇ ਨਾਲ ਹਨ, ਪਹਿਰਨ ਦੇ ਸਰੀਰ ਢੰਗਣ ਵਾਸਤੇ ਵਿਸ਼ੇਸ਼ ਕਰਕੇ ਇਹ ਵਸ ਰਿਹਾ ਇਹਨਾਂ ਦੇ ਸਾਥ। ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਹੱਸ ਦਿੱਤੇ ਹੈ ਜਿਹਨਾਂ ਦੇ ਹੱਥ ਨੀ, ਉਹਨਾਂ ਦੀ ਕੀ ਹਾਲਤ ਹੈ, ਆਪਦੇ ਗ੍ਰਾਹੀ ਵੀ ਮੂੰਹ ਚ ਨਹੀਂ ਪਾ ਸਕਦੇ, ਸਰੀਰ ਦੇ ਉੱਤੋਂ ਕਿਸੇ ਪ੍ਰਕਾਰ ਕੋਈ ਮੁੜਕਾ ਵੀ ਨਹੀਂ ਹਟਾ ਸਕਦੇ, ਇਹ ਹੱਥ ਦਿੱਤੇ ਸਾਰੀ ਕਿਰਿਆ ਕਰਨ ਨੂੰ ਤੈਨੂੰ, ਅਤੇ ਪੈਰ ਚੱਲਣ ਤੇ ਜਿਹਨਾਂ ਦੇ ਪੈਰ ਨੀ ਵੇਖੋ ਕਿਤੋਂ ਲੈ ਨੀ ਆਉਂਦੇ ਪੈਰ, ਤੇ ਕਰਨ ਕੰਨ ਦਿੱਤੇ ਹੈ, ਸੋ ਜਿਸ ਵਾਹਿਗੁਰੂ ਨੇ ਨੇਤਰ ਦਿੱਤੇ ਹੈ ਤੈਨੂੰ ਅਤੇ ਰਸਨਾ ਦਿੱਤੀ ਹੈ, ਕਰਨ ਕੰਨ ਸੁਣਨ ਵਾਸਤੇ ਜਸ ਦੇ ਨੇਤਰ ਮਹਾਰਾਜ ਸੰਗਤ ਸੰਗਤ ਦਾ ਦਰਸ਼ਨ ਕਰਨ ਵਾਸਤੇ,
रसना गुण गाउण वास्ते महाराज जिस वाहिगुरु ने तेरे ते उपकार कीता सी है जिसे त्याग अवर संग रचना उपकारी वाहिगुरु नु छड के तू उस नु छड के अवर होर चीजा दे नाल रचिया रहने किड्डी गलती है तेरी ऐसे दोख मूड अंध व्यापे करके हजूर कहने महाराज एह जे दोष इस मूर्ख नु व्यापने करके अंधा हो रहा है ज्ञानी हो रहा है नानक काढ ले हो प्रभ आपे महाराज आप दे जान के आप ही काढ लो संसार समुद्र तो सतगुरु साहब जी कहंदे है ये वाहिगुरु दे सन्मुख बख्शाउण वास्ते बचन करदे हन आदि अंत जो राखन हार कहंदे हे जीव जिहड़ा माता दे गर्भ विच आदि विच ते अंत वेले भी जमा तो रक्षा करने वाला परमेश्वर है तिस सिउ प्रीत ना करै गवार गवार वे समझ है तू उस परमेश्वर नाल प्रीति नहीं करदा है जाकी सेवा नव निध पावे परमेश्वर की सेवा भक्ति करके नवे निधिया आसन बसन आदिक सारिया तू पा लवे पदम महा पदम आदिक मूड़ा मन नहीं लावे मूर्ख समझ हो रहे उस दे नाल मूर्ख अपने मन नु लाउंदा नहीं है जो ठाकुर साध सदा हजूरे स्वामी अकाल पुरख मालिक उत्पत्ति पालना लहता करने वाला सद सदा 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 हमेशा ही हजूर नेड़े तो नेड़े सामने है ताको अंधा जानत दूरे करके तू अन्ना है ना अखा दे हुंदिया होया ऐसा ज्ञानी उस वाहिगुरु नु दूर जानदा है तू या की टहल पावे दर्ग है मारो भजन बंदगी टहल करने करके दुर्गा च तू सतकार पावे सचखंड विच सह बसारे मुगद अजान उस नु ऐसा मूर्ख है विवहारा वालों अनजान है परमार्थ वालों उस वाहिगुरु नु वसारी बैठा है सदा सदा इहो भूलन हारे कहने हे वाहिगुरु ए जीव सदा सदा भुलन वाला ही है गलतियां करदा रहिंदा है नानक राखन हार अपार तो रह परमेश्वर तू ही रक्षा करन वाला है कृपा कर आप ही रक्षा कर रतन त्याग कौडी संग रचै जीव तो रतन परमेश्वर गुर का शब्द तन है इस नु छड के माया रूपी कौडी ना हर वक्त रचिया रहना है साच छोड़ झूठ संग मचै सच्चे नाम नु छड करके झूठे पदार्थ नाल मचकारे मारदा सदाकार होके लगातार होके लगदा है जो छड़ना सो आस्थर कर मन सबंधिया नु छड जाना है जिन्हां जिन्हां पदार्था नु छड जाना उन्हां नु सच्चे इस करके मानना के सदा कायम रहनगे जो होवन सो दूर परान जेड़ी मौत होण वाली है उन दूर पछाणना के मौत मैनू नहीं आउणी होर लोग मर जाणगे मैं तां जिउंदा रहूं क्यों दूर पछाणी बैठा है छोड़ जाए तिसका श्रम करे सोनिया नु छड जाना उन्हां वास्ते थकावटां करदा रहना तकलीफां करदा रहना जिन्हां इथे शरीर नु छड जाना उन्हां वास्ते शर्म थकावटा तकलीफा उठाना है परिश्रम करदा रहना है संग सहाई तिस पर हरै जो परमेश्वर हर वक्त तेरा संगी है ते सहायता करने वाला है उस नु पर हर त्याग दिना दूर हो जाना है उस तो चंदन लेप उतार है तू हालत है जिस प्रकार किसे होते रे ताई गंगा जल दे नाल धो करके उत्ते उस दे भी गर्मी ना लगे चन्न दी लेप कर दईए गर्तव प्रीत भस्म संग हो जिहड़े दा सवाए दी सवाह नाल प्रीति हुंदी है ओ धो के गंगा जल दे नाल यूं नहीं सकदा मैनूं शुद्ध कर दित्ता है ते मेरे चन्न दी लेप करके खुशबू आउण दी ओहदियां नासां च खुशबू लैण दी जाच ही नहीं ओ तां रूड़ियां दे टांडे ही फरोलदा रहिंदा है इस करके ओहदी इह आदत है गर्तव प्रीत भस्म संग हो जिहदी प्रीति सवाह नाल हुंदी है ओह चन्न दी लेप नूं जिहड़ी धो के लाई होई गंगा जल दे नाल है ओहनूं सवाह च लिट के ला दिंदा है रखदा नहीं है इसे प्रकार चंदन लेप उतारै तू इसे प्रकार गधे दियां जिहड़ा कामी जीव है इहदी प्रीति विशेष रूपी सवाह दे नाल है जे एहदे ताई वराग रूपी पानी पा के गंगा जली दी नहीं आई इस दे ताई
ਇਹਨਾਂ ਨੂੰ ਭਗਤੀ ਦੇ ਜਿਹੜੇ ਬਚਨ ਕਰਨੇ ਹੈ ਇਹ ਮਹਿਕ ਪਾ ਦਈਏ ਤੇ ਲਾ ਦਈਏ ਗਰਦਵ ਪ੍ਰੀਤ ਭਸਮ ਸੰਗ ਹੋ ਇਹ ਸਾਮੀ ਗਧੇ ਦੀ ਵਿਸ਼ੇ ਉਪੀ ਸਵਾਹ ਨਾਲ ਪ੍ਰੀਤੀ ਹੈ ਉਹਦੇ ਚ ਲਿਟ ਲਿਟ ਕੇ ਜਿਹੜੇ ਭਗਤੀ ਦੇ ਬਚਨ ਹੈ ਉਹਨਾਂ ਦੇ ਤਾਂ ਹੀ ਲਾਭ ਹੁੰਦਾ ਹੈ ਰੱਖਦਾ ਨੀ ਧਾਰਨ ਨੀ ਕਰਦਾ ਹੈ ਅੰਧਕੂਪ ਮਹਿ ਪਤਤ ਬਿਕਰਾਲ ਇਸ ਚ ਪਾਤਸ਼ਾਹ ਦਾ ਖੂਹ ਸੰਸਾਰ ਹੈ ਇਹਦੇ ਚ ਪਤਤ ਇਹ ਨੀਚ ਬਕਰਾਲ ਖਰਾਬ ਹੋ ਰਿਹਾ ਪੈ ਪੈ ਕੇ ਗਿਰ ਕੇ ਨਾਨਕ ਕਾਢ ਲਿਓ ਪ੍ਰਭ ਦਇਆਲ ਪਤਤ ਹੋ ਰਿਹਾ ਮਾਰਾ ਗਿਰਾਵਟ ਵਾਲਾ ਆਪ ਪ੍ਰਭੂ ਜੀ ਦਿਆਲੂ ਹੋ ਸਤਿਗੁਰੂ ਸਾਹਿਬ ਕਹਿੰਦੇ ਕੱਢ ਲਓ ਇਹਨੂੰ ਬਚਾ ਲਓ ਬਖਸ਼ਿਸ਼ ਕਰੋ ਕਰਤੂਤ ਪਸ਼ੂ ਕੀ ਮਾਨਸ ਜਾਤ ਜੀਵ ਤੇਰੀ ਕਰਤੂਤ ਤਾਂ ਪਸ਼ੂਆਂ ਵਾਲੀ ਹੈ ਪਸ਼ੂ ਦਾ ਸੁਭਾਅ ਹੁੰਦਾ ਜਿਸ ਪ੍ਰਕਾਰ ਖਾ ਲੈਣਾ ਸੌ ਜਾਣਾ ਇਸ ਪ੍ਰਕਾਰ ਦੀ ਤੇਰੀ ਹਾਲਤ ਹੈ ਕਰਤੂਤ ਪਸ਼ੂਆਂ ਵਾਲੀ ਹੈ ਮਨੁੱਖਾ ਜਨਮ ਤੈਨੂੰ ਜਾਤ ਮਿਲ ਗਈ ਇੱਕ ਪਸ਼ੂਆਂ ਦੇ ਹੱਡ ਵਧੇ ਹੋਏ ਸੀ ਮਨੁੱਖਾਂ ਦੇ ਚਮ ਵਧੇ ਹੋਏ ਸੀ ਤੈਨੂੰ ਅੰਦਰੋਂ ਮਾਨਸ ਚਮ ਪਲੇਟੇ ਪਸ਼ੂ ਮਾਨਸ ਚਮ ਪਲੇਟੇ ਅੰਦਰੋਂ ਕਾਲੇ ਆ ਇਉਂ ਕਾਲੇ ਆ ਰਹੇ ਮਾਨੋ ਪਸ਼ੂਆਂ ਦੇ ਤਾਂ ਹੀ ਮਨੁੱਖਾਂ ਦੇ ਚਮਾਂ ਚ ਬਲੇਟਿਆ ਹੋਇਆ ਸਾਡੀ ਇਹ ਹਾਲਤ ਹੈ ਕਿਉਂਕਿ ਪਸ਼ੂਆਂ ਵਾਲੀ ਕਰਤੂਤ ਕਰਦੇ ਹਾਂ ਅਜੇ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇਹ ਨਾਮ ਵੀ ਹੋਣੇ ਆਦਮੀ ਧਿਰ ਜੀਵਨ ਕਰਮ ਕਰੇ ਹੈ ਪਸ਼ੂਆਂ ਨਾਲੋਂ ਵੀ ਭੈੜੀ ਕਰਤੂਤ ਹੈ ਤੇ ਮਨੁੱਖਾ ਜਾਤ ਤੈਨੂੰ ਮਿਲੀ ਹੋਈ ਹੈ ਲੋਕ ਪ੍ਰਚਾਰਾ ਕਰੇ ਦਿਨ ਰਾਤ ਇਹ ਲੋਕਾਂ ਨਾਲ ਪ੍ਰਚਾਵੇ ਦੀਆਂ ਗੱਲਾਂ ਰਾਤ ਨੇ ਕਰਦਾ ਧਾਰਨ ਨਹੀਂ ਹੈ ਤੇਰੇ ਅੰਦਰ ਕੋਈ ਗੁਣ ਲੋਕਾਂ ਨੂੰ ਪਹੁੰਚਾਉਣ ਵਾਸਤੇ ਅਨੇਕ ਪ੍ਰਕਾਰ ਦੇ ਪ੍ਰਚਾਵੇ ਦੀਆਂ ਗੱਲਾਂ ਬੜੇ ਪ੍ਰਚਾਰ ਨੇ ਲੋਕਾਂ ਨੂੰ ਆਪਦੇ ਮਗਰ ਲਾਉਣ ਵਾਸਤੇ ਇਹੋ ਜਿਹੇ ਪਖੰਡ ਕਰਦਾ ਰਾਤ ਦਿਨ ਕਰਦਾ ਰਹਿੰਦਾ ਹੈ ਬਾਹਰ ਭੇਖ ਅੰਤਰ ਮਲ ਮਾਇਆ ਸਾਧਾਂ ਦਾ ਭੇਖ ਬਣਾਇਆ ਹੋਇਆ ਤੇ ਅੰਦਰ ਮਾਇਆ ਦੀ ਮੈਲ ਲੱਗੀ ਹੋਈ ਹੈ ਤੇਰੇ ਅੰਦਰ ਮੈਲ ਇੱਛਾ ਉਤੋਂ ਦਰਖਤਾਂ ਵਾਲਾ ਭੇਖ ਹੋਇਆ ਤੇ ਅੰਦਰ ਮਾਇਆ ਦੀ ਮੈਲ ਇੱਛਾ ਲੱਗੀ ਹੋਈ ਹੈ ਤੇਰੇ ਛਾਪਸ ਨਾ ਹੈ ਕਸ਼ ਕਰੈ ਛਪਾਇਆ ਸੰਜਣ ਠੱਗ ਉਤੋਂ ਵੈਸ਼ਨੋ ਬਣਿਆ ਬੈਠਾ ਸੀ ਤੇ ਅੰਦਰ ਆਦਮੀਆਂ ਨੂੰ ਮਾਰ ਮਾਰ ਕੇ ਉਹਦੇ ਭੋਰੇ ਚੋਂ ਸੌ ਆਦਮੀ ਦਾ ਸਿਰ ਨਿਕਲਿਆ ਸੀ ਜਦੋਂ ਗੁਰੂ ਸਾਹਿਬ ਜੀ ਨੂੰ ਬਖਸ਼ਿਆ ਹੈ ਕਿ ਇੰਨੇ ਖੂਨ ਤੈਂ ਕੀਤੇ ਹੈ ਇਸ ਪ੍ਰਕਾਰ ਹੈ ਬਾਹਰੋਂ ਤਾਂ ਭੇਖ ਬਣਾਏ ਹੈ ਸੰਤਾਂ ਵਾਲੇ ਅੰਦਰ ਮਾਇਆ ਦੀ ਮੈਲ ਇੱਛਾ ਹੈ ਛਾਪਸ ਨਾ ਹੈ ਕਸ਼ ਕਰੈ ਛਪਾਇਆ ਜਿਹੜਾ ਤੂੰ ਛਪਾ ਕੇ ਲੋਕਾਂ ਤੋਂ ਕਰਦਾ ਪਿਛੇ ਮਾਨ ਗਈ ਆ ਇਹ ਛਪਣਾ ਤਾਂ ਨੀ ਪਰਮੇਸ਼ਰ ਤੋਂ ਅੰਤਰਜਾਮੀ ਸਭ ਕੁਝ ਜਾਣਦਾ ਜੇ ਕੋਈ ਧਰਤੀ ਅੰਦਰ ਕਰਮ ਕਮਾਵਾ ਸੋਚੋਂ ਕੁੰਡੀ ਜਾਣੀ ਹੈ ਅੰਦਰ ਵੜ ਕੇ ਕਰਮ ਕਮਾਉਣਾ ਸੋਚੋਂ ਕੁੰਡੀ ਜਾਣੀ ਹੈ ਜਿਹੜਾ ਅੰਦਰ ਵੜ ਕੇ ਵੀ ਕੋਈ ਕੰਮ ਕਰੇ ਚੌਹਾਂ ਕੁੰਟਾਂ ਜਾਣਾ ਜੇ ਧਰਮ ਕਮਾਵੇ ਤੇ ਧਰਮ ਨਾ ਹੋਵੇ ਪਾਪ ਕਮਾਉਣਾ ਪਾਪੀ ਜਾਣੀ ਹੈ ਜਿਹੜਾ ਧਰਮ ਦੀ ਕਿਰਤ ਕਰੋ ਨਾ ਉਹ ਧਰਮ ਹੀ ਹੋਵੇਗਾ ਪਾਪ ਕਮਾਉਣ ਵਾਲੇ ਦੀ ਕਿਰਤ ਪਾਪ ਹੋਵੇਗੀ ਕੋਈ ਆਦਮੀ ਪਾਪ ਕਰਨ ਲੱਗੇ ਸੀ ਬਾਹਰ ਉਡਾ ਕੇ ਇੱਕ ਡੱਗੇ ਵਾਲਾ ਆਦਮੀ ਖੜਾ ਵੇਖਿਆ ਕਹਿੰਦੇ ਤੂੰ ਕੌਣ ਹੈ ਕਹਿੰਦੇ ਮੈਂ ਕਰਮ ਦੇਵਤਾ ਹਾਂ ਜੋ ਤੁਸੀਂ ਲੋਕੇ ਕੰਮ ਕਰੋਗੇ ਮੈਂ ਡੱਗੇ ਦੇ ਚੋੜ ਦੇ ਨਾਲ ਢੋਲਦੀ ਨਾ ਸਾਰਿਆਂ ਚ ਪ੍ਰਗਟ ਕਰਨ ਤੁਹਾਡੀ ਕਰਤੂਤ ਕਿਉਂ ਇਹ ਲੁਕਿਆ ਨੀ ਰਹੇਗਾ ਸੋ ਹਜ਼ੂਰ ਫਰਮਾਉਂਦੇ ਹਨ ਛਾਪਸ ਨਾ ਹੈ ਕਸ਼ ਕਰੈ ਛਪਾਇਆ ਛਪਾਇਆ ਚਾਹੁੰਦਾ ਕੁਛ ਛਪਦਾ ਨੀ ਰਾਜੇ ਵੀ ਭਾਵਾਂ ਪੜਦੇ ਪੋਸ਼ੀ ਨਾ ਕੁਝ ਕਰਨ ਉਹ ਵੀ ਪਾਪ ਉਹਨਾਂ ਦੇ ਪ੍ਰਗਟ ਹੋ ਜਾਂਦੇ ਹੈ ਦੂਜਿਆਂ ਤੇ ਕੀ ਲੁਕਣੇ ਸੀ ਇਹ ਛਪਾਇਆ ਚਾਹੁੰਦਾ ਆਦਮੀ ਜਿਸ ਵਾਹਿਗੁਰੂ ਨੂੰ ਲੇਖਾ ਮੰਗਣਾ ਉਹ ਤਾਂ ਛਪਾਇਆ ਚਾਹੁੰਦਾ ਇਹ ਕੁਛ ਛਪ ਨੀ ਸਕਦਾ ਲੋਕ ਛਿਪ ਨੀ ਸਕਦੇ ਇਹਦੀ ਕਰਤੂਤ ਬਾਹਰ ਗਿਆਨ ਧਿਆਨ ਇਸ ਨਾਲ ਬੜੇ ਗਿਆਨ ਦੀਆਂ ਗੱਪਾਂ ਮਾਰਦਾ ਹੈ ਧਿਆਨ ਦੇ ਧੋਖੇ ਦਿੰਦਾ ਹੈ ਇਸ਼ਨਾਨ ਕਰਕੇ ਆਪਣੇ ਆਪ ਨਿਰਮਲ ਮੰਨਦਾ ਹੈ ਅੰਤਰ ਵਿਆਪੈ ਲੋਭ ਸਵਾਨ ਜੀ ਲੋਭ ਰੂਪੀ ਕੁੱਤਾ ਇਹਦੇ ਅੰਦਰ ਚਿੰਬੜਿਆ ਹੋਇਆ ਇਹਨੂੰ ਅਪਵਿੱਤਰ ਕਰਨ ਵਾਲਾ ਅੰਤਰ ਅਗਨ ਬਾਹਰ ਤਨ ਸਵਾਹ ਅੰਦਰ ਤਾਂ ਸਾਧ ਸੰਗਤ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ ਬਾਹਰੋਂ ਸਿਰ ਤੇ ਸਵਾਹ ਮਲ ਕੇ ਸਾਧ ਬਣ ਜਾਂਦਾ ਵੀ ਦੁਨੀਆਂ ਤੋਂ ਮੈਂ ਮਰਿਆ ਹੋਇਆ ਹਾਂ ਅੰਦਰ ਮਾਇਆ ਦੀ ਅੱਗ ਹੈ ਇੱਛਾ ਹੈ ਤੇ ਬਾਹਰੋਂ ਸਵਾਹ ਹੈ ਅੰਦਰ ਵੀ ਤ੍ਰਿਸ਼ਨਾ ਦੀ ਅੱਗ ਕਰਕੇ ਬਾਹਰੋਂ ਫਿਰ ਸਵਾਹ ਹੀ ਬਣਿਆ ਹੈ ਨਾ ਉਹ ਕੋਈ ਮੁਕਤ ਤਾਂ ਨੀ ਪੁਰਖ ਹੋਇਆ ਨਿਰਮਲ ਨੀ ਹੋਇਆ ਹੈ ਵਿਸ਼ਿਆਂ ਕਰਕੇ ਸ਼ਾਹ ਸਵਾਹ ਹੋ ਗਿਆ ਵਿਸ਼ਿਆਂ ਦਾ ਮਾਰਿਆ ਅੰਦਰੋਂ ਵਿਸ਼ਿਆਂ ਦੀ ਅੱਗ ਕਰਕੇ ਬਾਹਰੋਂ ਸਰੀਰ ਵੀ ਵਿਸ਼ਿਆਂ ਵਿਸ਼ਿਆਂ ਦਾ ਸਵਾਹ ਵਰਗਾ ਹੋ ਗਿਆ ਨਾਸ ਹੋ ਗਿਆ ਗਲ ਪਾਥਰ ਕੈਸੇ ਤਰੈ ਅਥਾ ਗਲ ਚ ਪੱਥਰ ਪਾਏ ਹੋਣ ਤੇ ਕਹੇ ਮੈਂ ਅਥਾਸ ਪਾਣੀ ਨੂੰ ਤਰ ਜਾਵਾਂ ਇਸੇ ਪ੍ਰਕਾਰ ਪਾਪਾਂ ਦੇ ਗਲ ਚ ਪੱਥਰ ਪਾਏ ਹੈ
बेहार जिहा संसार समुद्र है, इस तू किस प्रकार तरेगा, नहीं तरिया जाना। जाके अंतर बसै प्रभ आप, जिन्हां दे अंदर मेरा वाहिगुरु आप बस जावेगा। सतगुरु जी कहिंदे हन नानक ते जन सहज समात, कहिंदे सुते परमेश्वर समा जांदे भेद हो जांदे हन। सुन अंधा कैसे मार्ग पावे, अरदास करन दी जांच दसदे है हे परमेश्वर अंतरयामी। जे अन्ने नूं कहिए सुन के आ राह जांदा तुरिया जा, ओ किस प्रकार रस्ता पावे, ओनू समझ नहीं पैंदी वी किधर नूं जाना है। कर गह लेहो ओड़ निभावे, ओदे हथ पकड़ के ओ अगे पहुंचा देवे ओड़क तक, तां तां निभावे निभ सकदी, उत्थे पहुंच सकदा सूरमा जिहड़ा नेत्रां तों हीण है। कहां बुझारत बूझै डोरा, बोले दे ताईं जे बुझारत सिखिया देईए, ओ किस प्रकार बाजार इशारे दे नाल जिहड़ी सिख्या देनी है, ओ बोला किवें समझ सकदा है। निस कहिए तौ समझै पूरा, ओनू रात कहिए पैगी कहिंदा है दिन चढ़ गया, उल्टी समझदा है। कहा विष्णु पद गावै गूंग, जे गूंगे नूं कहिए विष्णु जी दे पद जस रूप शब्दां नूं, विष्णु पद बने हुंदे होए ने, तो जे विष्णु पद विष्णु जी दे जस दे ताईं गूंगे नूं कहिए गा, ਉਹ ਬਿਸ਼ਨ ਪਦਿਆਂ ਨੂੰ ਕਿਵੇਂ ਗਾ ਸਕਦਾ, ਸਾਫ਼ ਨੀ ਜਿਹੜਾ ਬੋਲ ਸਕਦਾ। ਯਤਨ ਕਰੇ ਤਾਂ ਭੀ ਸੁਰ ਭੰਗ, ਤਾਂ ਵੀ ਉਹਦੇ ਸੁਰ ਚ ਵਿਘਨ ਪੈ ਜਾਂਦਾ ਹੈ, ਉਹ ਚੀਕ ਜੀ ਮਾਰ ਛੱਡਦਾ ਹੈ। ਕਹੇ ਪਿੰਗਲ ਪਰਬਤ ਪਰ ਭਵਨ, ਕਹੀਏ ਪਹਾੜ ਦੇ ਉੱਤੇ ਜਾ ਭਵਿਆ ਫਿਰ ਤੁਰਿਆ, ਕਿਵੇਂ ਉਹ ਭਵਨ ਕਰ ਸਕਦਾ, ਦੱਸੋ ਪਿੰਗਲੇ ਦਾ ਪਰਬਤ ਦੇ ਉੱਤੇ ਘਰ ਹੋਵੇ, ਉਹ ਕਿਵੇਂ ਪਹਾੜ ਦੇ ਤੇ ਚੜ ਸਕਦਾ ਹੈ। ਨਹੀਂ ਹੋਤ ਊਹਾ ਉਸ ਗਵਨ, ਉਸਦੇ ਤੇ ਪਹਾੜ ਤੇ ਗਮਨ ਨੀ ਹੋ ਸਕਦਾ, ਵਿਚਰਨਾ ਨੀ ਹੋ ਸਕਦਾ ਹੈ। ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰਾਂ, ਮਾਰਾ ਹਾਲ ਪੈ ਸਾਡੀ, ਸੋ ਫੇਰ ਪੜੋ ਹੁਣ ਪੌੜੀ। ਸੁਣ ਅੰਧਾ ਕੈਸੇ ਮਾਰਗ ਪਾਵੇ, ਮਨ ਬੁੱਧ ਰੂਪੀ ਨੇਤਰਾਂ ਚ ਵਿਚਾਰ ਰੂਪੀ ਨਿਗਾਹ ਨੇ, ਕੇਵਲ ਬੇਰ ਸ਼ਾਤ ਨੇ ਸੁਣਨੇ ਕਰਕੇ ਇਹ ਅਗਿਆਤ ਪੁਰ ਕਿਸ ਪ੍ਰਕਾਰ ਭਗਤੀ ਸਹਿਤ ਬ੍ਰਹਮ ਗਿਆਨ ਦੇ ਮਾਰਗ ਨੂੰ ਬ੍ਰਹਮਾਕਾਰ ਬਿਰਤੀ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ, ਇਹ ਭਗਤੀ ਸਹਿਤ ਗਿਆਨ ਨੂੰ ਕਿਵੇਂ ਪਾ ਸਕਦੇ, ਕੇਵਲ ਸੁਣਨੇ ਮਾਤਰ ਸੇ। ਜੋ ਗਿਆਨੀ ਪੁਰਖ ਹੈ ਜਿਹਦੇ ਮਨ ਬੁੱਧ ਰੂਪੀ ਨੇਤਰਾਂ ਚ ਵਿਚਾਰ ਰੂਪੀ ਨਿਗਾਹ ਨੀ, ਕਰ ਗਹਿ ਲੇਹੋ ਓੜ ਨਿਭਾਵੇ, ਹੱਥ ਪਕੜ ਲੋ ਤਾਂ ਓੜਕ ਨਿਭ ਸਕਦੀ ਹੈ। ਇਵੇਂ ਸਾਡਾ ਮਨ ਰੂਪੀ ਹੱਥ ਪਕੜ ਕੇ ਆਪਦੀ ਸ਼ਰਨ ਵਿਚ ਲਾ ਲੋ, ਫੇਰ ਓੜਕ ਸਿਰੇ ਮੁੱਕ ਤੱਕ ਨਿਭ ਸਕਦੇ ਪਹੁੰਚ ਸਕੀਦਾ ਹੈ। ਕਹਾ ਬੁਝਾਰਤ ਬੂਝੈ ਡੋਰਾ, ਡੋਰਾ ਬੋਲਾ ਜਿਹੜਾ ਜੀ ਇਹਨੂੰ ਬੁਝਾਰ ਸਿੱਖਿਆ ਪਾਈਏ, ਕੀ ਬੁਝ ਸਕਦਾ ਸਮਝ ਸਕਦਾ ਹੈ। ਨਿਸ ਕਹੀਏ ਤੋ ਸਮਝੈ ਭੂਰਾ, ਕਹੀਏ ਤਾਂ ਭੂਰਾ ਜਿਹੜਾ ਹੈ ਸੁਧਾ ਸਮਝਦਾ ਹੈ, ਰਾਤ ਸਮਝਦਾ ਹੈ। ਕਿਸੇ ਸਿਪਾਹੀ ਨੂੰ ਬੋਲਿਆ ਦੀਆਂ ਗੱਲਾਂ ਆਉਂਦੀਆਂ, ਹਲ ਵਾਹੁੰਦਾ ਸੀ, ਉਸ ਨੂੰ ਪੁੱਛਿਆ ਰਾਤ ਇਸ ਪਿੰਡ ਨੂੰ ਕਿਹੜਾ ਜਾਂਦਾ ਹੈ, ਉਹ ਕਹਿੰਦਾ ਮੈਂ ਤਾਂ ਇਹ ਬਲਦ ਮੇਰੇ ਘਰ ਵਾਲੀ ਲਿਆਈ ਹੈ, ਪੇਕਿਆਂ ਤੋਂ ਚੋਰੀ ਦਾ ਬਲਦ ਨਹੀਂ। ਸਿਪਾਹੀ ਨੇ ਦੋ ਚਾਰ ਡੰਡੇ ਮਾਰੇ, ਉਹ ਡੰਡੇ ਮਾਰਨ ਤੋਂ ਛੱਡ ਗਿਆ ਡੰਡੇ ਮਾਰ ਕੇ, ਮਗਰੋਂ ਘਰ ਵਾਲੀ ਆਈ ਪ੍ਰਸ਼ਾਦਾ ਲੈ, ਕਹਿੰਦਾ ਤਾਂ ਇਹ ਚੋਰੀ ਦਾ ਬਲਦ ਲਿਆਂਦਾ, ਮੈਨੂੰ ਸਿਪਾਹੀ ਨੇ ਕੁੱਟਿਆ ਹੈ, ਉਹਨੂੰ ਕੁੱਟਣ ਲੱਗ ਗਿਆ। ਅੱਗੇ ਇਸੇ ਤਰ੍ਹਾਂ ਬੋਲਿਆ ਵੀ ਕਾਫੀ ਦੂਰ ਤੱਕ ਇਹ ਹੈ। ਸੋ ਰੋ ਵਿਚਾਰ ਹਜ਼ੂਰ ਫਰਮਾਉਂਦੇ ਹਨ, ਕਹਾਂ ਬੁਝਾਰਤ ਬੂਝੈ ਡੋਰਾ, ਇਸੇ ਪ੍ਰਕਾਰ ਡੋਰਾ ਕੌਣ ਬੋਲਾ, ਬੋਲਾ ਸਰਦਾ ਤੇ ਵਿਸ਼ਵਾਸ ਰੂਪੀ ਕੰਨ ਹੈ ਨੀ ਜੀ ਦੇ, ਉਹਨੂੰ ਬੁਝਾਰ ਸਹਿਮਤਾ ਨਾਲ ਦੱਸੀਏ ਜੀਵ ਇਸ ਦੀ ਏਕਤਾ ਕਰਨ ਵਾਸਤੇ। ਜਿਸ ਪ੍ਰਕਾਰ ਲੱਖਣਾ ਬਿਰਤੀ ਦੁਆਰਾ ਉਹਦੀ ਪ੍ਰਾਪਤੀ ਹੁੰਦੀ, ਸ਼ਕਤੀ ਬਿਰਤੀ ਕਰਕੇ ਨੀ ਜਾਣੀਦਾ, ਉਹ ਡੋਲਾ ਬੋਲਾ ਸਰਦਾ ਵਿਸ਼ਵਾਸ ਰੂਪੀ ਕੰਨਾਂ ਤੋਂ ਬਗੈਰ ਕਿਵੇਂ ਬੁਝਾਰ ਸਹਿਮਤ ਨੂੰ ਜੀਵ ਇਸ ਦੀ ਏਕਤਾ ਨੂੰ ਸਮਝ ਸਕਦਾ ਹੈ, ਵਾਚ ਅਰਥ ਦਾ ਤਿਆਗ ਕਰਕੇ ਲੱਖ ਅਰਥ ਚੁੱਕ ਸਕਦਾ ਹੈ। ਨਿਸ ਕਹੀਏ ਤੋ ਸਮਝੈ ਭੂਰਾ, ਕਹੀਏ ਨਿਸ ਅਵਿਦਿਆ ਰੂਪੀ ਰਾਤ ਪਈ ਹੋਈ ਹੈ, ਤਾਂ ਕਹਿੰਦੇ ਹੈ ਭੂਰਾ ਦਿਨ ਚੜ੍ਹ ਗਿਆ, ਠੀਕ ਗਿਆਨਵਾਨ ਹੈ ਮਾਂ, ਇਹ ਸਮਝ ਲੈਂਦਾ ਹੈ। ਇਸ ਪ੍ਰਕਾਰ ਨਿਸ ਕਹੀਏ, ਜੇ ਕਹੀਏ ਵਿਦਿਆ ਦੀ ਰਾਤ ਹੈ, ਤਾਂ ਕਹਿੰਦਾ ਗਿਆਨ ਦਾ ਬੜਾ ਭੋਰਾ ਪ੍ਰਕਾਸ਼ ਹੋਇਆ, ਦਿਨ ਚੜਿਆ ਹੋਇਆ, ਕਿਉਂ ਕਮਲਾ ਉਲਟ ਚੱਲਦਾ। ਭਗਤ ਰਾਮ ਜੀ ਇਹਦਾ ਅਰਥ ਕਰਿਆ ਕਰਦੇ, ਕਹਿੰਦੇ ਨਿਸ ਨਿਸ਼ਾਨੀ ਕੁਝ ਕਹਿ ਦਈਏ ਨਾ, ਫਿਰ ਭੋਰਾ ਕੁਝ ਸਮਝ ਸਕਦਾ, ਐਵੇਂ ਨੀ ਸਮਝਦਾ। ਕਿਉਂ ਨਿਸ਼ਾਨੀ ਚਿੰਨ੍ਹ ਜੇ ਕਰਕੇ ਦੱਸ ਦਈਏ ਸਰੂਪ ਲੱਖਣਾ ਦੇ,
फिर उन्हें भोला भावन समझ जाए। रो विचार दृष्टांत पहले ही समझना। कहा विष्णु पद गावे गुंग, गुंगा जी दी प्रीत रूपी जबान है नी, वह विष्णु परमेश्वर के पद जस नूं किवें गा सकता है, प्रेम रूपी जवान तो बिना गाए नहीं जाते जस परमेश्वर दे। यतन करे तो भी सुर भंग, ये यतन भी करे ता भी सुरती ओरी बिघन च पै जांदी, पदार्थाकार हो जांदी है, कदे परमेश्वर दे जस नूं गा नहीं सकदा। कह पिंगल पर्वत पर भवन, पिंगले साधना रूपी पैर है नी जी दे, ओ स्वरूप रूपी पर्वत ब्रह्म रूपी स्वरूप पर्वत दे ते भवन घर किवें तुरिया बज किवें टिक सकदा है, किवें चल हो सकता है, जां पर्वत अग्ञान दे उपर दी भौ जाना, अग्ञान दे उपर दी लंघ जाना, ये किस प्रकार हो सकता, नहीं हो सकता। नहीं होत ऊहा उस गवन, उस थां विच उसदा गवन विचरना नहीं हो सकता, पहुंच नहीं हो सकती, अग्ञान तो परे नहीं हो सकता, स्वरूप रूपी पर्वत उत्ते घर नहीं बना सकता, टिका नहीं कर सकता। करतार करना मैं दीन बीनती कर, तेरे हाथ विच सारिआं दी सत्ता रूपी रोजी रूप परा रूप तार है, सच्चे पातशाह जिंदगानी रूप आप करना मैं कृपालू स्वरूप हो महाराज, असी दीन हो के बहुत दीन हो के बेनती कर दे हां। नानक तुमरी कृपा तरै, हे प्रेमिया ही बेनती कर, महाराज तुहाडी कृपा नाल ही मैं तर सकदा हां, इस प्रकार प्रार्थना कर। संग सहाई सो आवे ना की, फिर कहे जीव जेड़ा संग हो के वाहिगुरु सहायता करने वाला है, ओ परमेश्वर तेरे चेते ही नहीं आउंदा है। जो बैराई तास्यो प्री, जेड़े बैर करने वाले काम करो लो मोहकार उन्हें ना प्यार करी बैठा है। बलुआ के ग्रह पीतर वसै, बलुआ रेता घर है पंजा तत्वों का शरीर, ये तू अचल बन के बसदा है घर बना के। आनंद केल माया रंग रसै, आनंद दायक केला क्रीड़ा करने वाला जान के माया दे रंग प्रेम विच रसिया रहना है, रसना तेरी रंग विच रसी रहिंदी है, आनंददायक खेल खेलना जान के क्रीड़ा जान करके माया दे अनेक प्रकार दे रंगा विच, कहां सुखेल तवेला घोड़े कहां भेरी सहनाई, कहां से तेग बंदगा बंदगा डेढ़ कहां से लाल कवाई, ये सारियां शाही माई हो जान वाली चीजा हैं, की माया दे विच संग दे विच फस करके रंग प्रेम दे विच आनंददायक खेलना खेलना मन करके माया दे रंग च रसिया होया है। दृढ़ कर मन है मन है प्रतीत, की दृढ़ करके मन च भरोसा भी माया मेरे नाल जाऊ परलोक च, यूं मनी बैठा है तू। काल ना आवे मूढ़े चीत, जा तेरे काल दा अंत दा समा चेते नहीं आउंदा है, बैर विरोध काम क्रोध मोह, किसे नाल पुराने बैर जे बिल्लियां ते चूहियां दे पए ऐ पाई रखदा, कईयां कुलां दे पुराने कईयां दा नवे विरोध पा लैने झगड़े पा लैने, कदे काम दे फुरने च मर जाना, कदे क्रोध च डुब जाना, कदे मोह विच नाश हो जाना, झूठ बेकार महा लोभ त्रो, कदे राज ने झूठ दी पांडी चकी फिरदा है, बकारा दे गल विच पत्थर बन्नी फिरदा है, बड़ा भारी लोभ है तेरे अंदर जोड़न दा, बड़े धोखेबाजी सारे नाल करदा है। याहू जुगत बिहाने कई जन्म, इस प्रकार दियां युगतियां जे अनेकां जन्म कई तेरे गुजर गए, इन्हां विषयां दी जुगत जुड़ने करके इस प्रकार तेरे कई जन्म बीत चुके, हुण तां मनुखा जन्म मिलिया, इन्हां वल्लों समझ जा हट जा इन्हां वकारां वल्लों। नानक राख लेहो आपन कर कर, साहब जी कहिंदे हे वाहिगुरू आप दी कृपा करके रख लै तूं, ये आपों बचन नूं समर्थ नहीं, अरदास कर रहे महाराज अगे परमेश्वर अगे अरदासा करना सी, तू ठाकर तुम पह अरदास, तू सारिआं दा स्वामी है, ठाकर मालिक है, उत्पत्ति पालना लैका करन वाला है, तुहाडे पास ही सारिआं दी अरदास है, काम आदि जिहड़े दुश्मन है उन्हों साडे दास गोले बना दे, अरदास है साडी, जियो पिंड सब तेरी रास, सूखम शरीर है जिया दे पिंड सथूल शरीर है, ये सब तेरी रास पूंजी दिती हुई है सानू, तुम मात पिता हम बारक तेरे, तुसी साडे माता रूप भी आप हो, साडे पिता रूप भी आप हो, असी मारा अपने निमित उपादान कारण तू आप ही है सच्चे पातशाह, हर आपे माता आपे पिता जिन जी उपाय जग दिखाया,
हम असी मारा कमावा दे बालक हां बच्चे हां तुमरी कृपा महसूख कनेरे अंदर जामी जे आप जी दी कृपा दृष्टि होवे ता आप दी कृपा दृष्टि घने सुखां दी प्राप्ति हुंदी है आप दी कृपा दृष्टि च बहुत सारे राज दे सुख दुनिया दे सुख परमार्थ दे सुख व्यवहारक सुख लोक परलोक दे सुख ਤੁਹਾਡੀ ਕਿਰਪਾ ਜੀ ਘਣੇ ਸੁਖ ਅਬਿਅੰਤ ਕੋਈ ਨਾ ਜਾਣੈ ਤੁਮਰਾ ਪਾਰਬ੍ਰਹਮ ਪਰਮੇਸ਼ੁਰ ਜਿਹੜਾ ਤੇਰਾ ਅੰਤ ਆ ਪਾਰਾਵਾਰ ਕੋਈ ਵੀ ਦੁਨੀਆਂ ਚ ਜਾਣ ਨੀ ਸਕਦਾ ਤੂੰ ਬੇਅੰਤ ਹੈ ਹੇ ਪਰਮੇਸ਼ੁਰ ਉੱਚੇ ਤੇ ਉੱਚਾ ਭਗਵਾਨ ਉੱਚੇ ਜੋ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿ ਕਹੋ ਕੋਟ ਜਗ ਬ੍ਰਹਮੇ ਜਗ ਸਾਜਣ ਲਾਏ ਕੋਟ ਮਹੇਸੋ ਪਾਏ ਸਮਾਏ ਕੋਟ ਵਿਸ਼ਨ ਕੀਨੇ ਅਵਤਾਰ ਕੋਟ ਬ੍ਰਹਮੰਡ ਜਾ ਕੇ ਧਰਮ ਸਾਲ ਉੱਚੇ ਤੇ ਉੱਚਾ ਹੈ ਭਗਵੰਤ ਤੂੰ ਸਾਰਿਆਂ ਤੋਂ ਸਗਲ ਸਮੱਗਰੀ ਤੁਮਰਾ ਸੂਤਰ ਧਾਰੀ ਸਾਰੀ ਦੁਨੀਆਂ ਦੀ ਸਮੱਗਰੀ ਸਮੁਦਾ ਹੈ ਨਾ ਪਦਾਰਥਾਂ ਦਾ ਇਹ ਤੇਰੇ ਸੂਤਰ ਮਰਿਆਦਾ ਵਿੱਚ ਧਾਰਨ ਕੀਤੀ ਹੈ ਚੇਤਨ ਸੱਤਾ ਰੂਪੀ ਸੂਰਜ ਧਾਰੀ ਹੋਈ ਹੈ ਸਾਰੇ ਸੂਰਜ ਪਰੋਤੀ ਹੋਈ ਆਪਦੀ ਸੱਤਾ ਰੂਪੀ ਸੂਰਜ ਧਾਰੀ ਹੋਈ ਹੈ ਮਰਿਆਦਾ ਜਿੰਨੀ ਹੈ ਤੂੰ ਤੇ ਹੋਏ ਸੋ ਆਗਿਆਕਾਰੀ ਆਪਦੀ ਵੱਲੋਂ ਹੋ ਰਹੀ ਹੈ ਸਾਰੀ ਰਚਨਾ ਸੋ ਆਗਿਆਕਾਰੀ ਜਾਂ ਆਗਿਆ ਚੱਲਣ ਵਾਲੀ ਜਿਹੜੀ ਤੇਰੀ ਮਾਇਆ ਹੈ ਉਹਦੇ ਕਰਕੇ ਹੋ ਰਹੀ ਹੈ ਜਾਂ ਤੇਰੇ ਕਰਕੇ ਹੋ ਰਹੀ ਹੈ ਤੁਮ ਤੇ ਹੋਏ ਜੋ ਹੋ ਰਿਹਾ ਮਾਰਾ ਤੇਰੇ ਵੱਲੋਂ ਹੋ ਰਿਹਾ ਸੋ ਜੇ ਮਾਇਆ ਕਰੀ ਉਹ ਵੀ ਤੇਰੀ ਆਗਿਆ ਕਾਰਨੀ ਹੈ ਨਾ ਤੇਰੇ ਹੁਕਮ ਤੋਂ ਬਗੈਰ ਤਾਂ ਹੁਕਮ ਬਿਨਾਂ ਨਾ ਝੂਲੇ ਪਾਤਾ ਹੋਵੇ ਸੋ ਜੋ ਕਰੇ ਵਧਾਤਾ ਭਾਈ ਗੁਰਦਾਸ ਜੀ ਨੇ ਲਿਖਿਆ ਇਸ ਪ੍ਰਕਾਰ ਹੈ ਜੋ ਅੰਤਰਜਾਮੀ ਆਪ ਕਰ ਰਿਹਾ ਹੈ ਉਹੀ ਹੁੰਦਾ ਹੈ ਤੁਮ ਤੇ ਹੋਏ ਸੋ ਆਗਿਆਕਾਰੀ ਅਸੀਂ ਮਾਰੇ ਆਪਦੇ ਆਗਿਆਕਾਰੀ ਹੈ ਜੋ ਆਪਦੇ ਵੱਲੋਂ ਹੋਵੇ ਉਹ ਭਾਣਾ ਮੰਨਦੇ ਹਾਂ ਤੁਮਰੀ ਗਤ ਮਿਤ ਤੁਮ ਹੀ ਜਾਣੇ ਆਪਦੀ ਗਤ ਪ੍ਰਾਪਤੀ ਜਿਹੜੀ ਮਿਤ ਮਰਜਾਦਾ ਇਹ ਪਰਮੇਸ਼ਰ ਆਪ ਜੀ ਨੇ ਜਾਣਨਾ ਕੀਤੀ ਹੈ ਨਾਨਕ ਦਾਸ ਸਦਾ ਕੁਰਬਾਨੀ ਆਪ ਜੀ ਕਹਿੰਦੇ ਦਾਸਾ ਭਾਵ ਧਾਰ ਕੇ ਇਹ ਪਰਮੇਸ਼ਰ ਆਪ ਤੋਂ ਸਦਾ ਸਦਾ ਕੁਰਬਾਨ ਜਾਈਏ ਬਲਿਹਾਰ ਜਾਈਏ ਇਸ ਤਰ੍ਹਾਂ ਕਈ ਅਰਦਾਸ ਕਰੀਏ ਮਹਾਰਾਜ ਅੱਗੇ ਅੱਜ ਸਕੂਲ ਚ ਜਾਣਾ ਹੈ ਅੱਗੇ ਅਸ਼ਟਪਦੀ ਫਿਰ ਹੋ ਨੀ ਸਕਣੀ ਇੱਥੇ ਹੀ ਸਮਾਪਤੀ ਕਰੀਏ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਗੁਰੂ ਬਾਣੀ।